ਸ੍ਰੀਕਾਲ ਸਵਾਗਤ ਅੱਜ ਫਿਰ ਇੱਕ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਆਪਾਂ ਆਏ ਅੱਜ ਲਸਣ ਪੱਟਣ ਲਸਣ ਤਿਆਰ ਹੋ ਗਿਆ ਆਪਣਾ ਅੱਜ ਲੱਗਿਆ ਪੱਟਣ ਪਰਸੋਂ ਕੱਲ੍ਹ ਜਿਹੜਾ ਮੀਂਹ ਪਿਆ ਉਹਦੇ ਕਰਕੇ ਹੁਣ ਪੋਲਾ ਹੋ ਗਿਆ ਪੱਟਣਾ ਸੌਖਾ ਬਲ ਤੰਗ ਨਹੀਂ ਕਰ ਰਿਹਾ ਹੈਗਾ ਅਤੇ ਆਹ ਹੁਣ ਗੁਰਪਾ ਲੈ ਕੇ ਆਇਆ ਮੁੰਡਾ ਪਹਿਲਾਂ ਗਿਆ ਸੀ ਗੁਰਪਾ ਲੈ ਕੰਮ ਦੇ ਲੋ ਮੁੰਡੇ ਦੇ ਕੰਮ ਖੁਰਪੀ ਲੈ ਕੇ ਆ ਗਿਆ ਲਸਣ ਵੱਟਣ ਵਾਸਤੇ ਨਾ ਨਾ ਲਸਣ ਵੱਟਿਆ ਜਾਊਗਾ ਇਹਦੇ ਨਾਲ ਦੇਖ ਦੇਖ ਕਹੀ ਚੱਕ ਲਾ ਕਹੀ ਨਾ ਦੋ ਮਿੰਟ ਲੱਗਣੇ ਨੇ ਹੁਣ ਆਪਾਂ ਨੂੰ ਹੋਰ ਪਹਿਲਾਂ ਪਤਾ ਜੇ ਕਿੱਦਾਂ ਜਿੰਨਾ ਤਾਂ ਉਹਨੇ ਕਹਿੰਦੇ ਵੀ ਮੀਂਹ ਨਾ ਪੁੱਛਾਂਗੇ ਰਮਾ ਕੇ ਪੁੱਛਾਂਗੇ ਹੁਣ ਇੱਕ ਦਿਨ ਪਰਸੋਂ ਟਰਾਲੀ ਮੁੰਡੇ ਨੇ ਕੱਲੇ ਨੇ ਭਰੀ ਅੱਜ ਰਾਤ ਮੈਂ ਪੱਟ ਰਿਹਾ ਲੈ ਇੱਧਰ ਫੜਾ ਮੈਂ ਪੱਟਦਾ ਤੂੰ ਸਮਾਰ ਹੀ ਚੱਲੇ ਨੂੰ ਗਰਮੀ ਨੀ ਠੰਡੀ ਜਿਹੜੀ ਹਵਾ ਚੱਲਦੀ ਤਾਂ ਕਰਕੇ ਬੈਠੇ ਵਾਲੇ ਵੀ ਹੁਣ ਤੱਕ ਦਾ ਕਦੇ ਘਰੇ ਭੱਜ ਗਏ ਚਾਚਾ ਲੱਭੀ ਜਾਂਦਾ ਕਿੱਧਰ ਗਏ ਇੱਕ ਤਾਂ ਗੋਡੇ ਵੀ ਨੀ ਹੈਗੇ ਦੇਖੀ ਇੰਨਾ ਕੱਖ ਕਿਹੜੇ ਅੱਖਾਂ ਵਿੱਚ ਹੁਣ ਕਿੱਥੋਂ ਲੱਭਾਂ ਮੈਂ ਜੀ ਗੁੱਡ ਆ ਸਾਰਾ ਪੱਟਣਾ ਪੱਟਦਾ ਦੋ ਘੰਟਿਆਂ 'ਚ ਜੇ ਲੱਗੇ ਰਹੇ ਧੁੱਪ ਘੱਟ ਹਵਾ ਚੱਲਦੀ ਤਾਂ ਕਰਕੇ ਹਲੇ ਨਹੀਂ ਜਾਂਦੇ ਘਰੇ ਹੁਣ ਪੱਟ ਕੇ ਜਾਵਾਂਗੇ
ਅੜੀ ਵੀ ਹੋ ਗਈ ਪੱਟ ਕੇ ਜਾਵਾਂ ਲਾਸਟ ਬਸ ਇੱਕ ਗੇੜਾ ਰਹਿ ਗਿਆ ਚੱਕ ਤਾਂ ਕੰਮ ਹੁਣ ਤਾਂ ਆਪੇ ਪੱਟੂਗਾ ਪੱਟ ਤਾਂ ਸਾਰਾ ਬਾਕੀ ਹੋਣਾ ਸ਼ਾਮ ਨੂੰ ਚੱਕ ਲੈ ਕੇ ਜਾਵਾਂ ਬਸ ਤਾਂ ਕਰਾ ਦਿਓ ਹਵਾ ਚੱਲਦੀ ਆ ਤਾਂ ਕਰਕੇ ਗਰਮੀ ਮਹਿਸੂਸ ਨਹੀਂ ਹੁੰਦੀ ਹੈਗੀ ਜਿਹੜਾ ਪਰਸੋਂ ਮੀਂਹ ਪੈਦਾ ਕਰਕੇ ਲਿਆ ਹੀ ਹੁੰਦਾ ਹੈਗਾ ਬਾਕੀ ਧੁੱਪ ਹੈਗੀ ਆ ਹਵਾ ਚੱਲਦੀ ਨਾਲ ਪੱਟਣਾ ਸੌਖਾ ਹੀ ਤੇ ਔਖਾ ਨਹੀਂ ਲੱਗੀ ਸਵੇਰ ਦੇ ਫਿਰਦੇ ਹੁਣ ਨਿਬੜਿਆ ਲਾਸਨ ਇਕੱਠਾ ਕਰਕੇ ਫਿਰ ਰੇੜੇ ਧੱਕ ਕੇ ਭਰ ਕੇ ਫਿਰ ਆਪਾਂ ਘਰੇ ਲੈ ਜਾਣਾ ਇਹਦੀ ਗੱਠੀ ਥੋੜ੍ਹੀ ਮਾੜੀ ਹੋਈ ਆ ਵਿੱਚ ਵਿੱਚ